ਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ ਅੱਜ ਬੱਚੇ ਉਹਨਾਂ ਨੂੰ ਨਾਮ ਕਰਵਾਵਾਂਗੀ ਸ਼ਬਦ ਪੜਨਾ ਆਪਾਂ ਵੇਖਾਂਗੇ ਨਾਮ ਦੀ ਪ੍ਰਕਾਸ਼ਾ ਕਿਸੇ ਵਿਅਕਤੀ ਜੀਵ ਥਾਂ ਵਸਤੂ ਸੰਕਲਪ ਹਾਲਤ ਗੁਣ ਸਥਿਤੀ ਭਾਵ ਆਦਿ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਨਾਮ ਕਹਿੰਦੇ ਹਨ ਨਾਮ ਦੀਆਂ ਪੰਜ ਕਿਸਮਾਂ ਹਨ ਪਹਿਲੀ ਕਿਸਮ ਕਿਹੜੀ ਹੈ ਖਾਸ ਨਾਮ ਆਮ ਨਾਮ ਇਕੱਠ ਵਾਚਕ ਨਾਮ ਵਸਤੂ ਵਾਚਕ ਨਾਮ ਤੇ ਪਾ ਵਾਚਕ ਨਾਮ ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਖਾਸ ਨਾਮ ਖਾਸ ਨਾਮ ਕਿਸ ਨੂੰ ਕਹਿੰਦੇ ਹਨ ਜਿਸ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਖਾਸ ਦੀਵ ਖਾਸ ਥਾਂ ਖਾਸ ਵਸਤੂ ਆਦ ਦਾ ਗਿਆਨ ਹੋਵੇ ਉਸ ਨੂੰ ਕੀ ਕਹਿੰਦੇ ਹਨ ਖਾਸ ਨਾਮ ਜਿਵੇਂ ਨਤਾਬਚਨ ਚੰਡੀਗੜ੍ਹ ਮਹਾਪਾਰ ਪਾਰਤ ਗੰਗਾ ਆਦ ਆਪਾਂ ਨੂੰ ਨਾਮ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਖਾਸ ਨਾਮ ਹੈ ਆਮ ਨਾਮ ਆਮ ਨਾਮ ਵਿੱਚ ਕੀ ਆਏਗਾ ਕਲਾਕਾਰ ਸ਼ਹਿਰ ਗ੍ਰੰਥ ਦੇਸ਼ ਨਦੀਆਤ ਦੇਖੋ ਬੱਚੋ ਜਿਵੇਂ ਆਪਾਂ ਜੇ ਕਲਾਕਾਰ ਦਾ ਨਾਮ ਦੱਸਤੀਏ ਤਾਂ ਉਹ ਹੋ ਗਿਆ ਖਾਸ ਨਾਮ ਜੇ ਆਪਾਂ ਕਹਦੀ ਕਲਾਕਾਰ ਇਹ ਹੋ ਗਿਆ ਆਮ ਨਾਮ ਸ਼ਹਿਰ ਸ਼ਹਿਰ ਜਿਵੇਂ ਜੇ ਆਪਾਂ ਕਿਸੇ ਸ਼ਹਿਰ ਦਾ ਨਾਮ ਲੈ ਲਵਾਂਗੇ ਜਿਵੇਂ ਚੰਡੀਗੜ੍ਹ ਜਲੰਧਰ ਤਾਂ ਉਹ ਕੀ ਹੋ ਜਾਏਗਾ ਖਾਸ ਨਾਮ ਜੇ ਕਲਾ ਆਪਾਂ ਕਹਿ ਦਿੱਤਾ ਸ਼ਹਿਰ ਉਹ ਕੀ ਹੋ ਗਿਆ ਆਮ ਨਾਮ గ్రంథ ਇਸੇ ਤਰ੍ਹਾਂ ग्रंथ देश नतीजे ਆਪਾਂ ਇਹਨਾਂ ਦੇ ਨਾਮ ਲੈ ਲਵਾਂਗੇ ਤੋਂ ਖਾਸ ਨਾਮ ਬਣ ਜਾਣਗੇ ਨਹੀਂ ਤਾਂ ਕਿ ਹਨ ਆਮ ਨਾਮ ਇਕਾਠਵਚਕ ਨਾਮ ਇਕਾਠ ਨਾ ਇਕਾਠਵਚਕ ਨਾਮ ਵਿੱਚ ਆਪਾਂ ਦੇਖਦੇ ਹਾਂ ਜਿਹੜੇ ਸ਼ਬਦਾਂ ਤੋਂ ਵਿਅਕਤੀਆਂ ਜੀਵਾਂ ਅਤੇ ਗਿਣਨਯੋਗ ਵਸਤੂਆਂ ਦੇ ਇਕੱਠ ਜਾਂ ਸਮੂਹ ਦਾ ਗਿਆਨ ਹੋਵੇ ਉਸ ਨੂੰ ਨੂੰ ਇਕਾਠਵਚਕ ਨਾਮ ਜਾਂ ਸਮੂਹ ਵਚਕ ਨਾਮ ਕਹਿੰਦੇ ਹਨ ਜਿਵੇਂ ਔਜ ਟੀਮ ਟੋਲੀ ਜਥਾ ਜੰਡ ਟਾਰ ਟੇਰ ਵਾਗਾਦ ਕਿਸੇ ਤਰ੍ਹਾਂ ਦੇ ਵੀ ਇਕੱਠ ਨੂੰ ਆਪਾਂ ਕੀ ਕੰਨੇ ਆ ਇਕੱਠਵਾਚਕ ਨਾਮ ਚੌਥੇ ਨੰਬਰ ਤੇ ਹੈ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਵਿੱਚ ਵੇਖੋ ਤੁਸੀਂ ਜਿਹੜੇ ਸ਼ਬਦ ਕਿਸੇ ਤੋਲੇ ਮੀਨੇ ਜਾਂ ਹਾੜੇ ਜਾਂ ਸਕਣ ਵਾਲੇ ਪਦਾਰਥ ਦਾ ਗਿਆਨ ਦੇਣ ਉਸ ਨੂੰ ਵਸਤੂਵਾਚਕ ਨਾਮ ਜਾਂ ਪਦਾਰਥਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਰੇਤ ਪੱਥਰ ਗੁੜ ਸ਼ੱਕਰ ਦੁੱਧ ਪਾਣੀ ਤੇਲ ਸੋਨਾ ਲੋਵਾ ਕਣਕ ਚੋਲਾਦ ਜਿਹੜੇ ਜਿਹੜੀਆਂ ਚੀਜ਼ਾਂ ਨੂੰ ਆਪਾਂ ਮੇਨ ਸਕੀਏ ਜਾਂ ਤੋਲ ਸਕੀਓ ਕਿ ਆ ਨਾ ਵਸਤੂਵਾਚਕ ਨਾਮ ਜਿਵੇਂ ਆਪਾਂ ਰੇਤ ਨੂੰ ਮੇਨ ਸਕਦੇ ਹਾਂ ਗੁੜ ਨੂੰ ਕੀ ਹੈ ਤੋਲ ਸਕਦੇ ਹਾਂ ਦੁੱਧ ਨੂੰ ਮੇਨ ਸਕਦੇ ਹਾਂ ਠੀਕ ਹੈ ਨਾ ਇਹ ਸਾਰੇ ਕੀ ਹੋਗੇ ਇਹ ਹਨ ਵਸਤੂਵਾਚਕ ਨਾਮ ਪੰਜਵਾਂ ਹੈ ਪਾਵਚਕ ਨਾਮ ਪਾਵਚਕ ਨਾਮ ਵਿੱਚ ਦੇਖੋ ਜਿਹੜੇ ਸ਼ਬਦੋ ਕਿਸੇ ਗੁਣ ਹਾਲਤ ਭਾਵ ਗਿਆਨ ਹੋਵੇ ਉਸ ਨੂੰ ਭਾਵਾਚਕ ਨਾਮ ਕਹਿੰਦੇ ਹਨ ਜਿਵੇਂ ਗੁਲਾਮੀ ਗਰੀਬੀ ਸੁੰਦਰਤਾ ਸਿਹਤ ਬਿਮਾਰੀ ਖੁਸ਼ੀ ਸੁੱਖ ਦੁੱਖ ਬਚਪਨ ਬਟਾਪਾ ਪਿਆਰ ਦੇਸ਼ ਭਗਤੀ ਵਫਾਦਾਰੀ ਉਹ ਸ਼ਬਦ ਜਿਨ੍ਹਾਂ ਨੂੰ ਆਪਾਂ ਸਿਰਫ ਮਹਿਸੂਸ ਕਰ ਸਕੀਏ ਪਰ ਦੇਖ ਨਾ ਸਕੀਏ ਜਿਵੇਂ ਗਰੀਬੀ ਨੂੰ ਸੁੰਦਰਤਾ ਨੂੰ ਸਿਹਤ ਬਿਮਾਰੀ ਇਹ ਸਾਰੇ ਕਿਹ ਹਨ ਖੁਸ਼ੀ ਸੁੱਖ ਦੁੱਖ ਇਹਨਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਪਰ ਆਪਾਂ ਦੇਖ ਨਹੀਂ ਸਕਦੇ ਇਸ ਕਰਕੇ ਕਿ ਆ ਨਾ ਪਾਵ ਅਚਗਨਾ ਤਾਂ ਬੱਚਿਓ ਇਹ ਸੀ ਆਪਣਾ ਨਾਮ ਅਤੇ ਉਸ ਦੀਆਂ ਕਿਸਮਾਂ ਹੁਣ ਤੁਸੀਂ ਸਾਰਿਆਂ ਨੇ ਇਸ ਨੂੰ ਆਪਣੀ ਕਾਪੀ ਤੇ ਲਿਖ